ਗੁਰੂ ਘਰ ਦੇ ਸਰੋਵਰ ਦੇ ਵਿੱਚ ਡੁੱਬਣ ਦੇ ਨਾਲ ਪਤੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਪਤੀ ਜਦੋਂ ਗੁਰੂ ਘਰ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਉਤਰਿਆ ਤਾਂ ਦੱਸਿਆ ਜਾ ਰਿਹਾ ਕਿ ਉਸਦਾ ਅਚਾਨਕ ਹੀ ਪੈਰ ਸਲਿੱਪ ਹੋ ਜਾਂਦਾ ਹੈ ਅਤੇ ਸਲਿੱਪ ਹੋਣ ਤੋਂ ਬਾਅਦ ਜਦੋਂ ਉਹ ਡੁੱਬਣ ਲੱਗਦਾ ਤਾਂ ਪਤਨੀ ਉਸਨੂੰ ਬਚਾਉਣ ਦੇ ਲਈ ਜਾਂਦੀ ਹੈ, ਪਰ ਦੱਸਿਆ ਜਾ ਰਿਹਾ ਕਿ ਦੋਵਾਂ ਦੀ ਹੀ ਡੁੱਬਣ ਦੇ ਕਾਰਨ ਹੁਣ ਮੌਤ ਹੋ ਗਈ ਹੈ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੁਰਦੁਆਰਾ ਮੱਕਾ ਸਾਹਿਬ ਦੇ ਵਿੱਚ ਪਤੀ ਪਤਨੀ ਆਏ ਐਤਵਾਰ ਨਤਮਸਤਕ ਹੋਣ ਦੇ ਲਈ ਆਉਂਦੇ ਸੀ। ਜਿਵੇਂ ਹੀ ਅੱਜ ਪਤੀ ਇਸ਼ਨਾਨ ਕਰਨ ਦੇ ਲਈ ਸਰੋਵਰ ਦੇ ਵਿੱਚ ਉਤਰਿਆ ਤਾਂ ਸਰੋਵਰ ਦੇ ਵਿੱਚ ਉਸਦਾ ਪੈਰ ਸਲਿੱਪ ਹੋ ਜਾਂਦਾ ਹੈ। ਪੈਰ ਸਲਿੱਪ ਹੋਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਦੋਂ ਡੁੱਬਣ ਲੱਗਦਾ ਹੈ ਤਾਂ ਪਤਨੀ ਉਸਨੂੰ ਬਚਾਉਣ ਦੇ ਲਈ ਜਾਂਦੀ ਹੈ, ਪਰ ਦੱਸ ਦਈਏ ਕਿ ਦੋਵੇਂ ਹੀ ਉਸਦੇ ਵਿੱਚ ਡੁੱਬ ਜਾਂਦੇ ਨੇ ਅਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਤਾਂ ਫਿਲਹਾਲ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਜੋ ਮ੍ਰਿਤਕ ਨੇ ਉਹਨਾਂ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੇ 3 ਬੱਚੇ ਨੇ, ਉਹ ਵੀ ਛੋਟੇ ਛੋਟੇ ਨੇ, ਅਤੇ ਹੁਣ ਉਹਨਾਂ ਦੇ ਸਿਰ ਤੋਂ ਵੀ ਮਾਪਿਆਂ ਦਾ ਸਾਇਆ ਜੋ ਹੈ ਉਹ ਉੱਠ ਗਿਆ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ। ਜੀ ਹਾਂ, ਦੱਸ ਦਈਏ ਕਿ ਬੜੀ ਹੀ ਮੰਦਭਾਗੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਤੀ ਪਤਨੀ ਜਦੋਂ ਗੁਰੂ ਘਰ ਦੇ ਵਿੱਚ ਪਹੁੰਚਦੇ ਨੇ, ਪਤੀ ਇਸ਼ਨਾਨ ਕਰਨ ਲੱਗਦਾ ਸਰੋਵਰ ਦੇ ਵਿੱਚ ਜਾ ਕੇ ਤਾਂ ਅਚਾਨਕ ਹੀ ਉਸਦਾ ਪੈਰ ਸਲਿੱਪ ਹੋ ਜਾਂਦਾ ਹੈ ਅਤੇ ਪੈਰ ਸਲਿੱਪ ਹੋਣ ਤੋਂ ਬਾਅਦ ਜਦੋਂ ਡੁੱਬਣ ਲੱਗਦਾ ਤਾਂ ਪਤਨੀ ਉਸਨੂੰ ਬਚਾਉਣ ਦੇ ਲਈ ਜਾਂਦੀ ਹੈ ਅਤੇ ਪਤਨੀ ਦੀ ਵੀ ਹੁਣ ਦੱਸਿਆ ਜਾ ਰਿਹਾ ਕਿ ਡੁੱਬਣ ਕਾਰਨ ਮੌਤ ਹੋ ਗਈ ਹੈ ਅਤੇ ਗੁਰੂ ਘਰ ਦੇ ਸਰੋਵਰ ਦੇ ਵਿੱਚ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਮੇਰਾ ਨਾਂ ਸਰ ਸੁਖਦੇਵ ਸਿੰਘ ਆ, ਵਾਸੀ ਪਿੰਡ ਕੰਡੀਲਾ। ਇਹ ਮੇਰੇ ਗੁਆਂਢੀ ਨੇ ਬਲਵੰਤ ਸਿੰਘ ਅਤੇ ਰਜਵੰਤ ਕੌਰ, ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲੀਲਕਲਾਂ ਇਸ਼ਨਾਨ ਕਰਨ ਮੱਥਾ ਟੇਕਣ ਆਏ ਸੀ ਅਤੇ ਇਹਨਾਂ ਦੀ ਸਰੋਵਰ 'ਚ ਡੁੱਬਣ ਕਾਰਨ ਦੋਨਾਂ ਦੀ ਡੈਥ ਹੋ ਗਈ ਹੈ। ਅਤੇ 50 ਸਾਲ ਦੇ ਕਰੀਬ, 44 ਏ ਦੀ ਹੈ। ਬੱਚੇ ਦੋ ਬੇਟੇ ਆ ਤੇ ਇੱਕ ਬੇਟੀ ਆ, ਛੋਟੇ ਬੱਚੇ ਆ, ਬੜਾ ਧੱਕਾ ਹੋ ਗਿਆ। ਮੈਨੂੰ ਸਵੇਰੇ ਖਬਰ ਮਿਲੀ ਕਿ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜਿਹੜੀਆਂ ਵਾ ਉਹ ਪਈਆਂ ਵਾ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ। ਅਤੇ ਆਪਾਂ ਉਦੋਂ ਹੀ, ਮੈਂ ਬਾਪੂ ਚੈਜਲ ਸਿੰਘ ਨੂੰ ਲੈ ਕੇ ਨਾਲ, ਅਸੀਂ ਉਦੋਂ ਹੀ ਪਹੁੰਚੇ ਹਾਂ। ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਅਤੇ ਬਾਕੀ ਜਿਹੜੀ ਕਾਰਵਾਈ ਆ ਉਹ ਪੁਲਿਸ ਕਰ ਰਹੀ ਹੈ ਜੀ, ਪੁਲਿਸ ਕਰ ਰਹੀ, ਪੁਲਿਸ ਆ ਗਈ। ਇਹ ਕੰਡੀਲੇ ਪਿੰਡ ਦੇ ਆ ਜੀ। ਹਾਂਜੀ, ਹਸਬੈਂਡ ਵਾਈਫ ਆ ਜੀ, ਉਹਨਾਂ ਦੀ ਸ਼ਨਾਖਤ ਹੋ ਗਈ ਹੈ, ਸ਼ਨਾਖਤ ਹਸਬੈਂਡ ਵਾਈਫ ਆ। ਇਹ ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ, ਜੋ ਕਿ ਜਿਹਦੀ ਏਜ 50 ਸਾਲ ਆ, ਇਹਦੀ ਵਾਈਫ ਰਜਵੰਤ ਕੌਰ, ਜਿਹੜੀ ਤਕਰੀਬਨ ਉਮਰ 45 ਕੁ ਸਾਲ ਆ। ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ। ਇਹ ਸਵੇਰੇ 5:15 ਵਜੇ ਆਪਣੇ ਪਿੰਡ ਕੰਡੀਲਾ, ਇਹਨਾਂ ਦਾ ਥਾਣਾ ਘੁਮਾਣ 'ਚ ਪੈਂਦਾ ਆ, ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ। ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਆ ਇੱਥੇ। ਉਹ ਜਦੋਂ ਕਦੇ ਸਰੋਵਰ 'ਚ ਗਏ ਆ ਇਸ਼ਨਾਨ ਕਰਦਾ, ਉੱਥੋਂ ਇਹਨੂੰ ਤੈਰਨਾ ਨਹੀਂ ਸੀਗਾ ਆਉਂਦਾ, ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ। ਉਹ ਕਦੇ ਜਿਹੜਾ ਹਸਬੈਂਡ ਸੀਗਾ ਉਹ ਇਸ਼ਨਾਨ ਕਰਨ ਲੱਗ ਗਿਆ, ਲੇਡੀ ਜਦੋਂ ਕਦੇ ਉਹ ਡੁੱਬਿਆ, ਇਹ ਪਿੱਛੇ ਕੱਢਣ ਚਲੇ ਗਈ ਆ, ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਾਰਨ। ਫਿਰ ਵੀ ਅਸੀਂ ਇਹਦੇ 'ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਹਾਂ, ਜੋ ਵੀ ਫੈਕਟ ਸਾਹਮਣੇ ਆਏ ਕਾਰਵਾਈ।